ਆਮ ਆਦਮੀ ਪਾਰਟੀ ਨੇ ਬਠਿੰਡਾ ਪਾਰਲੀਮੈਂਟ ਹਲਕੇ ਤੋਂ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਆਪਣਾ ਉਮੀਦਵਾਰ ਬਣਾਇਆ ਤਾਂ ਕਿ ਬਠਿੰਡਾ ਦੀ ਹੌਟ ਸੀਟ ਨੂੰ ਜਿੱਤਿਆ ਜਾ ਸਕੇ, ਕਿਉਂਕਿ ਮੁਕਾਬਲਾ ਇਸ ਸੀਟ 'ਤੇ ਬੜਾ ਸਖ਼ਤ ਹੈ। ਸਾਹਮਣੇ ਹਰਸਿਮਰਤ ਕੌਰ ਬਾਦਲ ਮੌਜੂਦ ਨੇ, ਕਾਂਗਰਸ ਦੇ ਜੀਤਮਿੰਦਰ ਸਿੰਘ ਸਿੱਧੂ ਨੇ ਅਤੇ ਬੀਜੇਪੀ ਨੇ ਪਰਮਪਾਲ ਕੌਰ ਨੂੰ ਆਪਣਾ ਉਮੀਦਵਾਰ ਬਣਾਇਆ। ਪਰ ਟੱਕਰ ਇੱਥੇ ਹੀ ਨਹੀਂ, ਇੱਕ ਹੋਰ ਉਮੀਦਵਾਰ ਉਹਨਾਂ ਦੇ ਸਾਹਮਣੇ ਹੈ। ਉਹ ਕੌਣ ਹੈ? ਖੁਦ ਗੁਰਮੀਤ ਸਿੰਘ ਖੁੱਡੀਆਂ ਦਾ ਸਰਨਾਵੀ ਗੁਰਮੀਤ ਸਿੰਘ ਖੁੱਡੀਆਂ, ਜਿਹੜਾ ਉਹਨਾਂ ਦੇ ਪਿੰਡ ਦਾ ਉਮੀਦਵਾਰ ਹੈ। ਤਾਂ ਗੁਰਮੀਤ ਸਿੰਘ ਖੁੱਡੀਆਂ, ਖੇਤੀਬਾੜੀ ਮੰਤਰੀ ਬਾਰੇ ਤਾਂ ਤੁਸੀਂ ਸਾਰੇ ਤਕਰੀਬਨ ਜਾਣਦੇ ਹੋਵੋਗੇ, ਪਰ ਤੁਹਾਨੂੰ ਅੱਜ ਗੁਰਮੀਤ ਸਿੰਘ ਖੁੱਡੀਆਂ ਨੂੰ ਟੱਕਰ ਦੇਣ ਵਾਲਾ, ਉਹਨਾਂ ਦੇ ਸਾਹਮਣੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਵਾਲਾ ਗੁਰਮੀਤ ਸਿੰਘ ਖੁੱਡੀਆਂ ਕੌਣ ਆ, ਉਸ ਦੇ ਨਾਲ ਮਿਲਵਾਉਣੇ। ਬਠਿੰਡਾ ਪਾਰਲੀਮੈਂਟ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਨੇ ਗੁਰਮੀਤ ਸਿੰਘ ਖੁੱਡੀਆਂ। ਜੀ ਹਾਂ, ਇੱਕ ਗੁਰਮੀਤ ਸਿੰਘ ਖੁੱਡੀਆਂ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਨੇ, ਜਿਹੜੇ ਮੌਜੂਦਾ ਖੇਤੀਬਾੜੀ ਮੰਤਰੀ ਵੀ ਨੇ ਪੰਜਾਬ ਦੇ, ਪਰ ਦੂਜੇ ਪਾਸੇ ਸਾਡੇ ਨਾਲ ਮੌਜੂਦ ਨੇ ਗੁਰਮੀਤ ਸਿੰਘ ਖੁੱਡੀਆਂ। ਖੁੱਡੀਆਂ ਸਾਹਿਬ, ਇੱਕੋ ਨਾਂ ਦੇ ਦੋ ਉਮੀਦਵਾਰ ਹੋ ਗਏ? ਹਾਂਜੀ ਹਾਂਜੀ। ਅੱਛਾ, ਇੱਕ ਜੀ ਸਪਸ਼ਟ ਕਰਿਓ, ਦੋਨਾਂ ਦਾ ਪਿੰਡ ਇੱਕੋ ਆ? ਹਾਂਜੀ, ਇੱਕੋ ਹੈ ਜੀ, ਇੱਕੋ ਹੈ ਜੀ। ਅੱਛਾ, ਤੁਸੀਂ, ਤੁਹਾਨੂੰ ਪਤਾ ਸੀਗਾ ਕਿ ਗੁਰਮੀਤ ਸਿੰਘ ਖੁੱਡੀਆਂ ਜਿਹੜੇ ਨੇ ਚੋਣ ਮੈਦਾਨ ਦੇ ਵਿੱਚ ਉਤਰੇ ਹੋਏ ਨੇ, ਅਤੇ ਤੁਸੀਂ ਸੇਮ ਨਾਮ ਦੇ ਵਿਅਕਤੀ ਜਿਹੜੇ ਸਾਹਮਣੇ ਮੈਦਾਨ ਦੇ ਵਿੱਚ ਨਿਤਰੇ? ਨਹੀਂ ਜੀ, ਮੈਨੂੰ ਤਾਂ ਆਪਦਾ ਉਹੀ ਸ਼ੌਂਕ ਸੀਗਾ ਜੀ, ਮੈਂ ਆਖਿਆ ਜੀ ਵੀ ਗਰੀਬ ਭਾਈਚਾਰੇ ਦਾ ਕੋਈ ਕੰਮ ਕਰੀਏ, ਆਪਾਂ ਨੂੰ ਟਿਕਟ ਮਿਲ ਜੇ ਪਰਮਾਤਮਾ ਕਨੀਓ, ਪਰਮਾਤਮਾ ਕਨੀਓ ਮੈਨੂੰ ਟਿਕਟ ਮਿਲ ਗਈ ਜੀ, ਅਤੇ ਮੈਂ ਖੜਾ ਹੋ ਗਿਆ ਜੀ। ਅੱਛਾ, ਰਾਜਨੀਤੀ ਬਾਰੇ ਕਿੰਨਾ ਕੁ ਗਿਆਨ ਹੈ? ਰਾਜਨੀਤੀ ਨੂੰ ਲੈ ਕੇ ਪਹਿਲਾਂ ਰੈਲੀਆਂ ਰੁਲੀਆਂ 'ਚ ਜਾਂਦੇ ਹੋਵੋਗੇ, ਲੀਡਰਾਂ ਦੇ ਪ੍ਰਚਾਰ ਵੇਂਦੇ ਹੋਵੋਗੇ? ਪ੍ਰਚਾਰ ਵੇਖੀ ਜਾਂਦੇ ਸੀ, ਹੁਣ ਕਿਵੇਂ ਕਰੀ ਜਾਂਦੇ, ਹਲਾ ਕਹਿਣ ਵਾਅਦੇ ਤਾਂ ਕਿੱਡੇ ਕਿੱਡੇ ਕਰਕੇ ਤੁਰ ਜਾਂਦੇ ਜੀ ਕੋਈ ਵੀ ਆ, ਪਰ ਕਰਦਾ ਕੋਈ ਪੂਰਾ ਹੈ ਨਹੀਂ ਗਰੀਬ ਦਾ ਜੀ। ਇਸੇ ਕਰਕੇ ਮੈਨੂੰ ਆਪ ਨੂੰ ਉੱਠਣਾ ਪਿਆ ਜੀ, ਮੈਂ ਕਿਹਾ ਵੀ ਪਰਮਾਤਮਾ ਖੇਤਰ ਪੱਲੇ ਪਾ ਦੇ, ਗਰੀਬਾਂ ਦਾ ਕੋਈ ਕੰਮ ਹੋ ਜੇ। ਅੱਛਾ ਖੁੱਡੀਆਂ ਸਾਹਿਬ, ਸਾਹਮਣੇ ਵੱਡੇ ਵੱਡੇ ਥੰਮ ਨੇ, ਅਕਾਲੀ ਦਲ ਦੇ ਹਰਸਿਮਰਤ ਕੌਰ ਬਾਦਲ ਨੇ ਲਗਾਤਾਰ ਉਹ ਜਿੱਤਦੇ ਆਏ ਨੇ, ਗੁਰਮੀਤ ਸਿੰਘ ਖੁੱਡੀਆਂ ਖੇਤੀਬਾੜੀ ਮੰਤਰੀ ਆ ਤੁਹਾਡੇ ਪਿੰਡ ਦੇ, ਉੱਧਰ ਬੀਜੇਪੀ ਨੇ ਪਰਮਪਾਲ ਕੌਰ ਨੂੰ ਚੋਣ ਮੈਦਾਨ 'ਚ ਉਤਾਰਿਆ, ਜੀਤਮਿੰਦਰ ਸਿੰਘ ਸਿੱਧੂ ਨੇ ਕਾਂਗਰਸ ਦੇ, ਐਡੇ ਵੱਡੇ ਵੱਡੇ ਥੰਮਾਂ ਦੇ ਸਾਹਮਣੇ ਗੁਰਮੀਤ ਸਿੰਘ ਖੁੱਡੀਆਂ, ਯਾਨੀ ਕਿ ਤੁਸੀਂ ਚੋਣ ਮੈਦਾਨ ਦੇ ਵਿੱਚ ਨਿਤਰੇ, ਤਾਂ ਕੀ ਕੁਝ ਜ਼ਹਿਨ ਦੇ ਵਿੱਚ ਚੱਲ ਰਿਹਾ ਸੀਗਾ ਕਿ ਟੱਕਰ ਸੌਖੀ ਹੈ? ਸੌਖੀ ਹੈ, ਜਨਤਾ ਨੇ, ਜਨਤਾ ਦੇ ਨਾਲ ਹੀ ਹੈ ਜੋ ਕੁਛ ਹੈ, ਜਨਤਾ ਨੇ ਕਰਨਾ ਪਾਰਨ ਤਰ੍ਹਾਂ ਦਾ, ਜਨਤਾ ਦੇ ਨਾਲ ਹੀ ਆ, ਜਨਤਾ ਸਹਿਯੋਗ ਦੇਊਗੀ, ਆਪੇ ਉਹਨਾਂ ਦੇ ਪਤਾ ਲੱਗ ਜੂਗਾ ਉਹਨਾਂ ਨੂੰ। ਅੱਛਾ, ਪ੍ਰਚਾਰ ਪ੍ਰਚੂਰ ਕਰਨ ਜਾਂਦੇ ਹੋ? ਹਾਂ, ਪ੍ਰਚਾਰ ਕਰਨ ਜਾਂਦੇ ਹਾਂ ਜੀ। ਬਸ ਕੀ ਗੱਲਾਂ ਬਾਤਾਂ ਕੀ ਕਰਦੇ ਹੋ ਪ੍ਰਚਾਰ 'ਚ? ਅਸੀਂ ਤਾਂ ਜੀ ਉਵੇਂ ਗੱਪ ਤਾਂ ਮਾਰਦੇ ਨਹੀਂ ਲੋਕਾਂ ਨੂੰ ਵੀ ਉਹ ਕਰ ਦਾਂਗੇ ਆਹ ਕਰ ਦਾਂਗੇ, ਪਰਮਾਤਮਾ ਦੀ ਦੇਣਾ ਜਿੰਨਾ ਕੁ ਹੋਇਆ ਆਪਾਂ ਆਪਦਾ ਕਰਾਂਗੇ ਜੀ, ਜਿੰਨਾ ਸਹਿਯੋਗ ਮਿਲੂਗਾ। ਕਿੰਨੇ ਕੁ ਥਾਵਾਂ 'ਤੇ ਜਾਏ ਹੋਣੇ ਦਿਹਾੜੀ 'ਚ? ਦਿਹਾੜੀ 'ਚ ਤੁਰੇ ਹੀ ਫਿਰਦੇ ਹਾਂ ਜੀ, ਬਸ ਜਿਵੇਂ ਕੋਈ ਭੈਣ ਭਰਾਵਾਂ ਨਾਲ ਜਿਵੇਂ ਸਹਿਯੋਗ ਮਿਲਦਾ ਜੀ, ਬਸ ਉਵੇਂ ਕਰੀ ਜਾਂਦੇ ਹਾਂ। ਅੱਛਾ, ਜਦੋਂ ਚੋਣ ਲੜਨ ਦਾ ਫੈਸਲਾ ਕੀਤਾ, ਘਰ ਦੇ ਕੀ ਕਹਿੰਦੇ ਵੀ ਲੜ ਲਓ ਫੈਸਲਾ ਚੋਣ ਕੇ? ਮੈਂ ਜੀ ਕੋਈ ਪੁੱਛਿਆ ਨਹੀਂ ਗਾ, ਮੇਰਾ ਬਸ ਮਨ ਹੀ ਬਣ ਗਿਆ ਆਪਦਾ, ਮੈਂ ਕਿਹਾ ਵੀ ਆਪਾਂ ਚੋਣ ਲੜਨੀ ਆ, ਮੈਂ ਘਰੇ ਦੱਸ ਕੇ ਤਾਂ ਗਿਆ ਹੀ ਨਹੀਂ, ਮੈਂ ਤਾਂ ਆਪ ਹੀ ਚੁੱਪ ਕਰਕੇ ਤੁਰ ਗਿਆ। ਮੈਂ ਕਿਹਾ ਜਨਤਾ ਨੇ ਸਹਿਯੋਗ ਦਿੱਤਾ ਮੈਨੂੰ, ਜਨਤਾ ਕਹਿੰਦੀ ਵੀ ਤੁਸੀਂ ਚੋਣ ਮੈਦਾਨ 'ਚ ਆਓ, ਅਸੀਂ ਤੁਹਾਡੇ ਨਾਲ ਹਾਂ, ਭਾਈਚਾਰਾ ਗਰੀਬ ਭਾਈਚਾਰਾ ਮੇਰੇ ਨਾਲ ਹੋਇਆ, ਮੈਂ ਗਰੀਬ ਭਾਈਚਾਰਾ ਕਰਕੇ ਤੁਰ ਪਿਆ। ਅੱਛਾ, ਕੰਮ ਕਰ ਰਹੇ ਸੀ, ਤੁਸੀਂ ਕੀ ਕਰਦੇ ਹੋ, ਰੁਜ਼ਗਾਰ ਕੀ ਹੈ? ਰੁਜ਼ਗਾਰ ਦਿਹਾੜੀ ਦਾ ਭਾਈ, ਬਸ ਮਜ਼ਦੂਰੀ ਕਰ ਰਹੇ ਹਾਂ। ਹਾਂਜੀ। ਅੱਛਾ, ਮਜ਼ਦੂਰੀ ਕਰਦੇ ਹੋ, ਅਤੇ ਇਹ ਜਿਹੜਾ ਕਾਗਜ਼ ਕੁਗਜ਼ ਭਰੇ, ਇਹਦੀ ਜ਼ਮਾਨਤ ਦਾ ਵੀ ਇੱਕ ਪੈਸਾ ਹੁੰਦਾ, ਕੁੱਲ ਕਿੰਨਾ ਖਰਚਾ ਆ ਗਿਆ?
ਉਹ ਆ ਗਿਆ ਜੀ 12,000-12,500 ਰੁਪਇਆ ਕਿਰਾ ਭਰਿਆ, 25,000 ਰੁਪਇਆ ਖਰਚਾ ਆਊਗਾ ਜੀ ਕਾਗਜ਼ ਪੱਤਰ ਪਵਾ ਕੇ ਸਾਰਾ ਵਕੀਲ ਵਕੂਲ ਕਰਕੇ। ਤੇ ਇੱਕ ਮਜ਼ਦੂਰ ਬੰਦੇ ਦਿਹਾੜੀਦਾਰ ਬੰਦੇ ਨੇ 25,000 ਰੁਪਇਆ, ਤੁਹਾਨੂੰ ਲੱਗਦਾ ਕਿ ਇਸ ਇਹ ਫੀਸ ਭਰਨ ਦਾ ਤੁਹਾਨੂੰ ਕੋਈ ਫਾਇਦਾ ਹੋਏਗਾ? ਤੁਹਾਨੂੰ ਲੱਗਦਾ ਕਿ ਲੋਕ ਵੱਡੇ ਵੱਡੇ ਥੰਮਾਂ ਨੂੰ ਛੱਡ ਕੇ ਤੁਹਾਡੇ ਵਾਲੇ ਪਾਸੇ ਆ ਜਾਣਗੇ? ਇਹ ਕੁਦਰਤ ਦੇ ਰੰਗ ਹੈ ਜੀ, ਕੋਈ ਪਤਾ ਨਹੀਂ ਗਾ, ਜਨਤਾ ਨੇ ਜੋ ਕੁਛ ਕਰਨਾ ਜਨਤਾ ਨੇ ਕਰਨਾ ਜੀ। ਹਾਂਜੀ। ਅੱਛਾ ਇੱਕ ਚੀਜ਼ ਹੋਰ, ਇਸ ਤੋਂ ਪਹਿਲਾਂ ਤੁਸੀਂ ਤੁਹਾਡਾ ਝੁਕਾ ਕਿੱਧਰ ਹੁੰਦਾ ਸੀ, ਕਿਹਦੀਆਂ ਰੈਲੀਆਂ ਜ਼ਿਆਦਾ ਜਾਂਦੇ ਸੀ? ਅਸੀਂ ਤਾਂ ਜੀ ਰੈਲੀਆਂ 'ਚ ਤਾਂ ਕਿਸੇ ਦੇ ਨਹੀਂ, ਅਸਲ ਤਾਂ ਬਾਹਲਾ ਗਏ ਗਏ, ਅਸੀਂ ਤਾਂ ਵਿਹਦੇ ਰਹਿੰਦੇ ਸੀ ਰੈਲੀਆਂ ਤਾਂ, ਪ੍ਰਚਾਰ ਕਰਦੇ ਰਹਿੰਦੇ ਸੀ ਲੋਕ ਪਿੰਡਾਂ 'ਚ ਕਰਕੇ ਪ੍ਰਚਾਰ ਆ ਕੇ, ਕੋਈ ਰੈਲੀਆਂ ਰੂਲੀਆਂ 'ਚ ਇੰਨਾ ਜ਼ਿਆਦਾ ਨਹੀਂ ਗਏ ਜੀ ਅਸੀਂ, ਬਸ ਊਂ ਵਿਹਦੇ ਰਹੇ, TV 'ਤੇ ਵੇਖ ਲਿਆ, ਮੋਬਾਈਲਾਂ 'ਚ ਵੇਖ ਲਿਆ, ਇਸੇ ਕਰਕੇ ਆਪਣਾ ਧਿਆਨ ਹੋ ਗਿਆ ਜੀ। ਵੀ ਕੀ ਸੋਚਿਆ ਵੀ ਆਪਾਂ ਵੀ TV 'ਤੇ ਆਉਣਾ ਫਿਰ? ਹਾਂ ਆਪਾਂ ਵੀ TV 'ਤੇ ਆਈਏ ਜੀ। ਹਾਂਜੀ ਹਾਂਜੀ। ਅੱਛਾ TV 'ਤੇ ਤੁਸੀਂ ਆ ਗਏ, ਅਤੇ ਇਸ ਤੋਂ ਪਹਿਲਾਂ ਵੋਟਾਂ ਵੋਟਾਂ ਕਿਹੜੀ ਪਾਰਟੀ ਨੂੰ ਜ਼ਿਆਦਾ ਪਾਉਂਦੇ ਸੀ? ਪਾਰਟੀਆਂ ਨੂੰ ਤਾਂ ਜੀ ਸਾਰਿਆਂ ਨੂੰ ਪੈਂਦੀਆਂ ਰਹੀਆਂ ਵੋਟਾਂ, ਪਰ ਐਂ ਆ ਵੀ ਅਸੀਂ ਤਾਂ ਸਰਕਾਰ ਦੇ ਤੌਰ 'ਤੇ ਵੀ ਗਰੀਬ ਜਨਤਾ ਦਾ ਕੰਮ ਹੋਵੇ, ਗਰੀਬ ਜਨਤਾ ਦਾ ਕੰਮ ਨਹੀਂ ਹੋ ਰਿਹਾ, ਪਾਰਟੀਆਂ ਕਾਹਦੀਆਂ ਗਰੀਬ ਦੀਆਂ। ਅੱਛਾ ਲੀਡਰਾਂ 'ਚ ਪਹਿਲਾਂ ਕਿਹੜਾ ਲੀਡਰ ਚੰਗਾ ਲੱਗਦਾ ਸੀ? ਲੀਡਰ ਤਾਂ ਸਾਰੇ ਹੀ ਕੇਰਾਂ ਤਾਂ ਚੰਗੇ ਲੱਗਦੇ ਹੁੰਦੇ, ਜੋ ਕਿਸੇ ਨਾਲ ਵੀ ਜੁੜ ਜੋ ਬੰਦਾ, ਜਦੋਂ ਕੰਮ ਨਾ ਹੋਵੇ ਉਦੋਂ ਫਿਰ ਐਂ ਹੁੰਦਾ ਜੀ। ਫਿਰ ਵੀ ਤੁਹਾਡੇ ਇਲਾਕੇ ਦੇ ਹਿਸਾਬ ਨਾਲ ਤੁਹਾਨੂੰ ਕਿਹੜਾ ਲੱਗਦਾ ਲੀਡਰ, ਕਿ ਹਾਂ ਵੀ ਆਹ ਲੀਡਰ ਠੀਕ ਹੈ, ਤੁਸੀਂ ਸਿੱਖਣਾ ਚਾਹੀਦਾ? ਐਂ ਤਾਂ ਹੁਣ ਲੀਡਰ ਤਾਂ ਜੀ ਕੋਈ ਵੀ, ਹੁਣ ਜਦੋਂ ਮੰਨ ਲਓ ਜਿਹੜਾ ਲੀਡਰ ਕੰਮ ਕਰੂਗਾ ਉਹੀ ਚੰਗਾ ਲੱਗੂਗਾ, ਜੋ ਕੰਮ ਨਾ ਕਰੂਗਾ ਤਾਂ ਕੋਈ ਵੀ। ਪਹਿਲਾਂ ਵਾਲਿਆਂ ਨੇ ਕੰਮ ਨਹੀਂ ਕੀਤੇ? ਪਹਿਲਾਂ ਵਾਲਿਆਂ ਨੇ ਕਿਹੜੇ ਨੇ ਕਰੇ ਜੀ, ਇਹਨਾਂ ਨੇ ਤਾਂ ਕਰੇ ਹੀ ਨਹੀਂ ਗਏ, ਪਹਿਲਾਂ ਵਾਲੇ ਕਰਦੇ ਰਹੇ ਆ 25 ਸਾਲ, ਹੁਣ ਬਾਦਲ ਪਰਿਵਾਰ ਦਾ ਰਾਜ ਕਰ ਗਏ ਜੀ, ਉਵੇਂ ਤਾਂ ਉਹ ਨਹੀਂ ਬੋਲੇ ਜਿਵੇਂ ਗਰੀਬ ਨੂੰ, ਇਹ ਗੁਰਮੀਤ ਸਿੰਘ ਖੁੱਡੀਆਂ ਬੋਲੀ ਜਾਂਦਾ ਗਰੀਬ ਜਨਤਾ ਨੂੰ। ਅੱਛਾ ਮੁੱਖ ਤੌਰ 'ਤੇ ਤੁਹਾਡਾ ਵਿਰੋਧ ਕਿਹਦੇ ਨਾਲ ਹੈ, ਅਕਾਲੀਆਂ ਨਾਲ ਜਾਂ ਕਾਂਗਰਸੀਆਂ ਨਾਲ ਜਾਂ BJP ਨਾਲ ਜਾਂ ਗੁਰਮੀਤ ਸਿੰਘ ਖੁੱਡੀਆਂ ਨਾਲ? ਵਿਰੋਧ ਨਹੀਂ ਜੀ, ਆਪਾਂ ਤਾਂ ਚੋਣ ਲੜ ਰਹੇ ਹਾਂ, ਵੀ ਵਿਰੋਧ ਕਿਸੇ ਨਾਲ ਨਹੀਂ, ਆਪੇ ਪਤਾ ਲੱਗੇ ਜੀ ਇਹਨਾਂ ਨੂੰ ਅਹਿਸਾਸ ਹੋਵੇ ਗਰੀਬ ਦੀ ਕਦਰ ਪੈਣ ਲੱਗ ਜੇ। ਕੀ ਲੱਗਦਾ ਮੁਕਾਬਲਾ ਕਿਹਦੇ ਨਾਲ ਹੋਣਾ, ਟੱਕਰ ਕੇ ਪੇਂਡੂ ਨਾਲ ਹੀ ਹੋਣੀ ਕਿਹਦੇ ਨਾਲ? ਕੁਦਰਤ ਦੇ ਰੰਗ ਆ ਜੀ, ਹੁਣ ਕਿਹਦੇ ਨਾਲ ਹੋਊਗਾ ਮੁਕਾਬਲਾ ਤਾਂ? ਹਾਂ ਉਹ ਤਾਂ ਕੁਦਰਤ ਦੇ ਰੰਗ ਆ, ਜਨਤਾ ਦੇ ਨਾਲ ਆ, ਉਹ ਤਾਂ ਮੁਕਾਬਲਾ ਜਨਤਾ ਨੇ ਕਰਾਉਣਾ, ਮੈਂ ਨਹੀਂ ਕਰਾਉਣਾ। ਅੱਛਾ ਜੋ ਲੋਕਾਂ 'ਚ ਜਾਂਦੇ ਆ, ਲੋਕ ਅੱਗੋਂ ਕਹਿੰਦੇ ਕੀ ਆ, ਜੋ ਜਾ ਕੇ ਦੱਸਦੇ ਮੈਂ ਗੁਰਮੀਤ ਸਿੰਘ ਖੁੱਡੀਆਂ ਭਾਈ ਬਠਿੰਡੇ ਤੋਂ ਉਮੀਦਵਾਰ ਹਾਂ? ਹਾਂਜੀ, ਉਹ ਜਨਤਾ ਕਹਿੰਦੀ ਵੀ ਅਸੀਂ ਤੁਹਾਡੇ ਨਾਲ ਹਾਂ, ਸਹਿਯੋਗ ਦੇਵਾਂਗੇ, ਜਨਤਾ ਸਹਿਯੋਗ ਦੇ ਰਹੀ ਆ ਜੀ। ਤਾਂ ਗੁਰਮੀਤ ਸਿੰਘ ਖੁੱਡੀਆਂ ਚੋਣ ਮੈਦਾਨ ਦੇ ਵਿੱਚ ਨਿਤਰੇ ਹੋਏ ਨੇ, ਕਹਿੰਦੇ ਨੇ ਜੀ ਕਿ ਜਨਤਾ ਬੜਾ ਸਹਿਯੋਗ ਦੇ ਰਹੀ ਆ, ਤਾਂ ਆਪਣੇ ਚੋਣ ਪ੍ਰਚਾਰ 'ਤੇ ਵੀ ਲਗਾਤਾਰ ਜਾ ਰਹੇ ਨੇ, ਦੇਖਦੇ ਹਾਂ ਚੋਣ ਪ੍ਰਚਾਰ ਆਪਦਾ ਕਿਵੇਂ ਕਰਦੇ ਨੇ, ਅਤੇ ਇਹਨਾਂ ਦਾ ਚੋਣ ਪ੍ਰਚਾਰ ਵੀ ਤੁਹਾਨੂੰ ਦਿਖਾਉਣੇ ਆ। ਗੁਰਮੀਤ ਸਿੰਘ ਖੁੱਡੀਆਂ ਲਗਾਤਾਰ ਚੋਣ ਪ੍ਰਚਾਰ ਕਰ ਰਹੇ ਨੇ, ਵੱਖ ਵੱਖ ਘਰਾਂ ਦੇ ਵਿੱਚ ਜਾ ਰਹੇ ਨੇ, ਤਾਂ ਇਹ ਤਸਵੀਰਾਂ ਨੇ ਜੀ ਗੁਰਮੀਤ ਸਿੰਘ ਖੁੱਡੀਆਂ ਦੇ ਚੋਣ ਪ੍ਰਚਾਰ ਦੀਆਂ, ਚੋਣ ਮੈਦਾਨ ਦੇ ਵਿੱਚ ਨਿਤਰੇ ਨੇ, ਤਾਂ ਆਉਂਦੇ ਹੁਣ ਪੂਰੀ ਵਾਹ ਲਾਉਣੀ ਆ, ਲੋਕਾਂ ਨੂੰ ਜਾ ਕੇ ਮਿਲ ਰਹੇ ਨੇ, ਤਾਂ ਸਮਰਥਨ ਜੁਟਾਉਣ ਦੀ ਕੋਸ਼ਿਸ਼ ਹੈ। ਹਾਲਾਂਕਿ ਗਰਮੀ ਵੀ ਪੂਰੀ ਹੈ, ਪਰ ਤਿੱਖੜ ਦੁਪਹਿਰੇ ਚੋਣ ਪ੍ਰਚਾਰ, ਕਿਉਂਕਿ ਭਾਈ ਸਾਹਮਣੇ ਮੁਕਾਬਲਾ ਬੜਾ ਸਖਤ ਹੈ ਕਹਿੰਦੇ, ਤਾਂ ਇਸ ਕਰਕੇ ਪੂਰੀ ਵਾਹ ਲਾਉਣੀ ਪੈਣੀ ਆ। ਤਾਂ ਇਹ ਗੁਰਮੀਤ ਸਿੰਘ ਖੁੱਡੀਆਂ ਹੋਣੀ ਵੱਖ ਵੱਖ ਘਰਾਂ ਦੇ ਵਿੱਚ ਪਿੰਡਾਂ ਦੀਆਂ ਗਲੀਆਂ 'ਚ ਫਿਰਦੇ ਨਜ਼ਰ ਆ ਰਹੇ ਨੇ। ਖੁੱਡੀਆ ਸਾਹਿਬ, ਵੱਖ ਵੱਖ ਘਰਾਂ 'ਚ ਜਾ ਰਹੇ ਹੋ, ਜਦੋਂ ਲੋਕਾਂ ਨੂੰ ਮਿਲਦੇ ਕੀ ਕਹਿੰਦੇ ਆ ਲੋਕ? ਫਿਰ ਲੋਕ ਸੰਯੋਗ ਦੇ ਮਾਨ ਸਰਕਾਰ ਮਿਲਦਾ ਜੀ ਮੈਨੂੰ, ਹਾਂ ਕਹਿੰਦੇ ਬਹੁਤ ਖੁਸ਼ੀ ਦੀ ਗੱਲ ਆ ਜੀ ਵੀ ਚੋਣ ਮੈਦਾਨ 'ਚ ਆਏ ਆ ਤੁਸੀਂ। ਅੱਛਾ ਚੋਣ ਲੜਨ ਦੇ ਫੈਸਲੇ ਤੋਂ ਪਹਿਲਾਂ ਇਹਨਾਂ ਲੋਕਾਂ ਤੋਂ ਪੁੱਛਿਆ ਸੀ? ਇਹਨਾਂ ਦੇ ਸੰਯੋਗ ਨਾਲ ਹੀ ਆ ਜੀ ਮੈਂ, ਇਹਨਾਂ ਨੇ ਸੰਯੋਗ ਦਿੱਤਾ ਤਾਂ ਮੈਨੂੰ ਫੇਰ ਹੀ ਮੈਂ ਉੱਠਿਆ ਜੀ।
ਅੱਛਾ, ਜਦੋਂ ਐਲਾਨ ਕਰਤਾ ਫਿਰ ਕੀ ਕਹਿੰਦੇ ਸਾਰੇ ਸਾਥੀ? ਕਹਿੰਦੇ ਵੀ ਤੁਹਾਡੇ ਨਾਲ ਅਸੀਂ ਸਹਿਯੋਗ ਦੇਵਾਂਗੇ, ਹੁਣ ਵੀ ਤੁਹਾਡੇ ਸਾਹਮਣੇ ਦੇਈ ਜਾਂਦੇ ਸਹਿਯੋਗ ਜੀ। ਆ ਸਾਰੇ ਸਾਥੀ ਤੁਹਾਡੇ? ਹਾਂਜੀ ਬਾਈ ਜੀ, ਕਿਵੇਂ ਚੋਣ ਲੜ ਰਹੇ ਨੇ? ਬਹੁਤ ਵਧੀਆ ਜੀ, ਬਹੁਤ ਬਹੁਤ ਖੁਸ਼ੀ ਹੈ ਸਾਨੂੰ। ਅਤੇ ਤੁਹਾਡੇ ਪਿੰਡ ਦੇ ਮੰਤਰੀ ਆ ਗੁਰਮੀਤ ਸਿੰਘ ਗੁੱਡੀਆ? ਕੋਈ ਗੱਲ ਨੀ ਜੀ, ਜਿੰਨਾ ਕੁ ਉਹਨਾਂ ਨੇ ਕੰਮ ਕਰਾਇਆ ਉਹਨਾਂ ਕੋ ਲੈ ਲੈਣਗੇ ਆਪਦਾ ਸਵਾਬ। ਠੀਕ ਹੈ ਜੀ, ਸਾਨੂੰ ਕੋਈ ਕੰਮ ਹੋਏ ਨੀ ਜੀ ਸਾਡੇ ਪਿੰਡ ਚ। ਕਿਹਦੇ ਨਾਲ ਹੋ ਗੁਰਮੀਤ ਸਿੰਘ ਗੁੱਡੀਆ ਮੰਤਰੀ ਨਾਲ? ਕਿਹਦੇ ਨਾਲ? ਇਸ ਨਾਲ ਜੀ, ਅਸੀਂ ਆਪਦੇ ਭੈਣ ਭਰਾ ਨਾਲ ਖੜਾਂਗੇ। ਅੱਛਾ ਹਾਂ ਬਾਈ ਜੀ, ਭੈਣ ਭਰਾ ਨਾਲ ਖੜਾਂਗੇ ਬਾਈ ਜੀ। ਅੱਛਾ, ਤਿੱਖੜ ਦੇ ਬਾਰੇ ਪ੍ਰਚਾਰ ਕਰਦੇ ਫਿਰਦੇ ਆ? ਫਿਰਦੇ ਕੋਈ ਗੱਲ ਨੀ ਜੀ, ਬੇਫਿਕਰ ਹੋ, ਇਹਦੇ ਨਾਲ ਨਾ ਆ ਵੀ ਦੇਖਿਆ ਤੇਰੇ ਕੀ ਲੱਗਦੇ ਆ? ਤਾਇਆ ਜੀ ਲੱਗ ਰਹੀ। ਤਾਇਆ ਚੋਣ ਲੜ ਰਿਹਾ ਐਤਕੀ? ਜਿੱਤੂ ਆ ਜੀ। ਅੱਛਾ ਹਾਂਜੀ, ਤੇ ਛੁੱਟੀਆਂ ਵੀ ਹੋ ਗਈਆਂ ਤਾਏ ਦੇ ਮਗਰ ਪ੍ਰਚਾਰ ਕਰਨ ਨੂੰ? ਹਾਂਜੀ। ਤਾਏ ਦੇ ਨਾਲ ਜਾਂਦੇ ਹੋ ਪ੍ਰਚਾਰ ਕਰਨ? ਹਾਂਜੀ ਜਾਂਦੇ ਹੋ? ਨਹੀਂ। ਤਾਂ ਕਹਿੰਦੇ ਤਾਇਆ ਜਿੱਤੂਗਾ, ਤਾਂ ਇਹ ਗੁਰਮੀਤ ਸਿੰਘ ਖੁੱਡੀਆਂ ਦਾ ਚੋਣ ਪ੍ਰਚਾਰ ਚੱਲ ਰਿਹਾ ਜੀ, ਤਾਂ ਵੱਖ ਵੱਖ ਘਰਾਂ ਦੇ ਵਿੱਚ ਚੋਣ ਪ੍ਰਚਾਰ ਜਿਹੜਾ ਉਹ ਕਰ ਰਹੇ ਨੇ ਗੁਰਮੀਤ ਸਿੰਘ ਖੁੱਡੀਆਂ ਹੋਣੀ। ਹਾਲਾਂਕਿ ਇਹਨਾਂ ਦਾ ਆਪਦਾ ਪਿੰਡ ਆ, ਪਿੰਡ ਦੇ ਵਿੱਚ ਹੀ ਇਹ ਪ੍ਰਚਾਰ ਫੈਲਾਅ ਚੱਲ ਰਿਹਾ। ਬੀਬੀ ਗੁਰਮੀਤ ਸਿੰਘ ਖੁੱਡੀਆਂ ਕਹਿੰਦੇ ਚੋਣ ਲੜ ਰਹੇ ਆ? ਹਾਂਜੀ ਹਾਂਜੀ, ਵੋਟਾਂ ਸਾਡੀਆਂ ਇਹਦੇ ਨਾਲ, ਅਸੀਂ ਇਹਦੇ ਨਾਲ ਸਹਿਮਤੀ ਖੜੇ ਆ। ਕੰਮ ਪਰ ਸਾਡਾ ਅੱਜ ਤੱਕ ਕਿਸੇ ਨੇ ਨਹੀਂ ਵੀ ਕੀਤਾ ਗਾ, ਤੇ ਪਰ ਅੱਜ ਇਹਦੇ ਨਾਲ ਅਸੀਂ ਬਰਾਬਰ ਖੜੇ ਆ। ਇਹ ਨਹੀਂ ਪਤਾ ਵੀ ਸਾਡਾ ਕੰਮ ਕਰੂਗਾ ਕਿ ਨਾ ਕਰੂਗਾ। ਪਹਿਲਾਂ ਮੰਤਰੀ ਆ ਤੁਹਾਡੇ ਪਿੰਡ ਦਾ? ਤਾਂ ਮੰਤਰੀ ਨੇ ਸਾਡਾ ਕੋਈ ਕੰਮ ਨਹੀਂ ਕੀਤਾ, ਜੇ ਅੱਜ ਬਸ ਅਸੀਂ ਉਹਨੂੰ ਵੋਟਾਂ ਪਾਗਾ ਸੀ, ਗੱਜ ਵੱਜ ਕੇ ਪਾਗਾ ਸੀ, ਪਰ ਸਾਡਾ ਕੋਈ ਕੰਮ ਨਹੀਂ ਕੀਤਾ ਉਹਨੇ। ਕਹਿੰਦੇ ਨੇ ਜੀ ਹੁਣ ਦੂਜੇ ਗੁਰਮੀਤ ਸਿੰਘ ਖੁੱਡੀਆਂ ਦੇ ਮੁਕਾਬਲੇ ਹੋਰ ਗੁਰਮੀਤ ਸਿੰਘ ਖੁੱਡੀਆਂ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ, ਤਾਂ ਖੁੱਡੀਆਂ ਸਾਹਿਬ ਪ੍ਰਚਾਰ ਕਰੇ। ਖੁੱਡੀਆਂ ਸਾਹਿਬ, ਸਿਆਸਤ ਦੇ ਵਿੱਚ ਨਾ ਕਈ ਤਰ੍ਹਾਂ ਸਵਾਲ ਉੱਠਦੇ ਆ, ਇਹ ਵੀ ਕਹਿ ਦਿੰਦੇ ਆ ਕਿ ਜਦੋਂ ਇੱਕ ਵੱਡਾ ਚਿਹਰਾ ਚੋਣ ਮੈਦਾਨ ਦੇ ਵਿੱਚ ਹੁੰਦਾ ਨਾ, ਤਾਂ ਉਹਦੇ ਨਾਲ ਮਿਲਦਾ ਜੁਲਦਾ ਇੱਕ ਅੱਧਾ ਨਾਮ ਹੋਰ ਮੈਦਾਨ ਦੇ ਵਿੱਚ ਨਿਤਰ ਆਉਂਦਾ। ਇੱਦਾਂ ਹੀ ਪਹਿਲਾਂ ਕਹਿੰਦੇ ਮਨਪ੍ਰੀਤ ਬਾਦਲ ਜਦੋਂ ਚੋਣ ਲੜੇ ਸੀ ਉਹਨਾਂ ਦੇ ਖਿਲਾਫ ਵੀ ਮਨਪ੍ਰੀਤ ਸਿੰਘ ਬਾਦਲ ਚੋਣ ਲੜ ਰਿਹਾ ਸੀ, ਤਾਂ ਆਈ ਕਹਿੰਦੇ ਗੁਰਮੀਤ ਖੁੱਡੀਆਂ ਦੇ ਮੁਕਾਬਲੇ ਦੂਜਾ ਗੁਰਮੀਤ ਖੁੱਡੀਆਂ ਮੈਦਾਨ ਚ ਉਤਾਰਿਆ? ਨਹੀਂ ਜੀ, ਇਹ ਤਾਂ ਲੋਕਾਂ ਦੇ ਵਹਿਮ ਆ ਜੀ, ਇਹ ਤਾਂ ਮਨ ਹੀ ਬੰਦੇ ਦਾ ਜਨਤਾ ਦੇ ਨਾਲ ਹੀ ਹੁੰਦਾ ਜੀ। ਮੈਨੂੰ ਭੈਣ ਭਰਾਵਾਂ ਨੇ ਮੇਰਿਆਂ ਨੇ ਸਹਿਯੋਗ ਦਿੱਤਾ, ਮੇਰਾ ਮਨ ਉੱਠਿਆ। ਮੈਂ ਨਹੀਂ, ਪਰ ਕਹਿੰਦੇ ਵੀ ਕਿਸੇ ਨਾ ਕਿਸੇ ਕਹਿੰਦੇ ਪੋਲੀਟੀਕਲ ਪਾਰਟੀ ਵੱਲੋਂ ਕਹਿੰਦੇ ਸਪੋਰਟ ਮਿਲ ਜਾਂਦੀ ਆ, ਉਹ ਖੜਾ ਕਰ ਦਿੰਦੇ ਆ? ਸਪੋਰਟ ਸਪਾਟ ਕਿਸੇ ਦੀ ਸਪੋਰਟ ਨਹੀਂ ਜੀ, ਮੈਂ ਆਪਦੇ ਭਾਈਚਾਰੇ ਦੀ ਸਪੋਰਟ ਲੈ ਕੇ ਚੱਲਿਆ, ਮੈਂ ਕਿਸੇ ਦੀ ਸਹਿਯੋਗ ਨਾਲ ਸਪੋਰਟ ਨਹੀਂ ਲਈ। ਅੱਛਾ, ਕਿਸੇ ਨੇ ਖੜਾ ਨਹੀਂ ਕੀਤਾ? ਹਾਂ, ਕਿਸੇ ਨੇ ਖੜਾ ਨਹੀਂ ਕੀਤਾ। ਜਦੋਂ ਤੁਸੀਂ ਚੋਣ ਲੜਨ ਦਾ ਐਲਾਨ ਕੀਤਾ ਤੇ ਜਿਹੜੇ ਗੁਰਮੀਤ ਸਿੰਘ ਖੁੱਡੀਆਂ ਮੰਤਰੀ ਉਹਨਾਂ ਪਰਿਵਾਰ ਨੇ ਕਿਹਾ ਨਹੀਂ ਵੀ ਭਾਈ ਪਿੰਡ ਦੇ ਆ ਤੁਸੀਂ ਰਹਿਣ ਦਿਓ? ਉਹ ਤਾਂ ਉਹ ਜ਼ੋਰ ਬਥੇਰਾ ਮਾਰਦੇ ਸੀਗੇ ਜੀ, ਕਿਹਾ ਤਾਂ ਹੈ ਨਹੀਂ, ਉਹ ਤਾਂ ਸਿੱਧਾ ਉਹ ਤਾਂ ਗਰੀਬ ਜਨਤਾ ਸੋਚ ਲਈ ਵੀ ਗਰੀਬ ਜਨਤਾ ਹੈਗੀ, ਇਹਦਾ ਕਿਹੜਾ ਕੋਈ ਹੈਗਾ। ਉਹ ਤਾਂ ਅਫਸਰ ਸਾਹਿਬ ਨੇ, ਡੀ ਸੀ ਸਾਹਿਬ ਨੇ ਮੇਰੀ ਫਾਈਲ ਜਮ੍ਹਾਂ ਕਰਵਾਈ, ਉਹ ਤਾਂ ਫਾਈਲ ਹੀ ਨਹੀਂ ਜਮ੍ਹਾਂ ਹੋਣ ਦਿੰਦੇ ਪਹਿਲਾਂ ਮੇਰੀ। ਕਹਿੰਦਾ ਧੀਰਾ ਸਿੰਘ ਤਾਂ ਆਪਦੇ ਜਣ ਐਂ ਕਰਦੇ ਸੀ, ਉਹਦੀ ਗਰੀਬ ਜਨਤਾ ਵੀ ਇਹਨੂੰ ਕੀ ਲਈ ਬੈਠੇ ਆਪਾਂ ਗਰੀਬ ਜਨਤਾ ਨੂੰ, ਇਸੇ ਕਰਕੇ ਸਹਿਯੋਗ ਦਿੱਤਾ ਮੈਨੂੰ ਸਰਕਾਰ ਨੇ, ਸਹਿਯੋਗ ਦਿੱਤਾ। ਟੱਕਰ ਗੁਰਮੀਤ ਖੁੱਡੀਆਂ ਪੂਰੀ ਦੇਣੀ ਹੈ? ਹਾਂ, ਪੂਰੀ ਮਿਲੂਗੀ। ਤਾਂ ਲਓ ਜੀ, ਕਹਿੰਦੇ ਨੇ ਕਿ ਇਹ ਗੁਰਮੀਤ ਖੁੱਡੀਆਂ ਦੂਜੇ ਗੁਰਮੀਤ ਸਿੰਘ ਖੁੱਡੀਆਂ ਨੂੰ ਕਹਿੰਦੇ ਨੇ ਕਿ ਪੂਰੀ ਫਸਮੀ ਟੱਕਰ ਦੇਣੀ ਹੈ। ਦੇਖਦੇ ਹਾਂ ਜੀ, ਸਭ ਨੂੰ ਲੋਕਤੰਤਰ ਦੇ ਵਿੱਚ ਹੱਕ ਹੈ, ਕੋਈ ਵੀ ਚੋਣ ਲੜ ਸਕਦਾ ਅਤੇ ਲੋਕ ਵੀ ਕਿਸੇ ਨੂੰ ਵੀ ਵੋਟ ਪਾ ਸਕਦੇ ਆ। ਫਿਲਹਾਲ ਗੁਰਮੀਤ ਸਿੰਘ ਖੁੱਡੀਆਂ ਦੇ ਮੁਕਾਬਲੇ ਉਸੇ ਪਿੰਡ ਦੇ ਦੂਜੇ ਗੁਰਮੀਤ ਸਿੰਘ ਖੁੱਡੀਆਂ ਚੋਣ ਮੈਦਾਨ ਦੇ ਵਿੱਚ ਨੇ। ਦੇਖਦੇ ਹਾਂ ਜੀ ਲੋਕਤੰਤਰ ਦੇ ਵਿੱਚ ਕਿਸ ਤਰ੍ਹਾਂ ਦੇ ਨਤੀਜੇ ਸਾਹਮਣੇ ਆਉਂਦੇ ਆ। ਫਿਲਹਾਲ ਮੇਰੇ ਕੈਮਰਾਮੈਨ ਸਹਿਯੋਗੀ ਵਿਨੋਦ ਕੁਮਾਰ ਅਤੇ ਮੈਨੂੰ ਨਰਿੰਦਰ ਸਿੰਘ ਬਰਾੜ ਨੂੰ ਦਿਓ ਇਜਾਜ਼ਤ। ਧੰਨਵਾਦ।